ਗੁਰੂ ਜੀ ਨੇ ਸਵੀਕਾਰ ਚੁਣਿਆ। ਗੁਰੂ ਨੂੰ ਪਿਆਰੀ ਸਤ ਸਿੰਘ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਵਾਹਿਗੁਰੂ ਉਸ ਵਾਹਿਗੁਰੂ ਦਾ ਨਾਮ ਸਾਰੇ ਦੁੱਖਾਂ ਕਲੇਸ਼ਾਂ ਦੀ ਨਿਵਰਤੀ ਕਰਨ ਵਾਲਾ ਹੈ। ਇਹ ਬਹੁਤ ਹੀ ਪਿਆਰੀ ਸਾਖੀ ਉਸ ਵਾਹਿਗੁਰੂ ਦੇ ਭਗਤਾਂ ਦੀ, ਕਿਸ ਤਰ੍ਹਾਂ ਉਹ ਭਗਤੀ ਕਰਦੇ ਨੇ, ਕਿਸ ਤਰ੍ਹਾਂ ਉਸਦਾ ਨਾਮ ਜਪਦੇ ਨੇ, ਅਤੇ ਕਿਸ ਤਰ੍ਹਾਂ ਸਾਧ ਜੋ ਆਪ ਜੋੜ ਕੇ ਹੋਰਾਂ ਨੂੰ ਜੋੜ ਲੈਂਦੇ। ਗੁਰਬਾਣੀ ਦਾ ਪਾਵਨ ਗੁਰਬਾਣੀ ਹੈ, ਭਗਤ ਤ੍ਰਿਲੋਚਨ ਜੀ ਦਾ ਪਾਵਨ ਸ਼ਬਦ ਹੈ, ਜਿਸ ਦੇ ਵਿੱਚ ਆਪਾਂ ਤਾਂ ਵਿਚਾਰ ਕਰ ਰਹੇ ਸੀ ਅਰਦਾਸ ਦਰਸ਼ਨ ਰੂਪ ਅਭਿਆਸ ਪੁਸਤਕ ਵਿੱਚੋਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਜੋ ਲਿਖਿਤ ਹੈ, ਉਸਦੇ ਵਿੱਚ ਜਦੋਂ ਸਾਧ ਜੀ ਆਪਾਂ ਵਿਚਾਰ ਕਰਦੇ ਹਾਂ ਕਿ ਉਸ ਮਾਲਕ ਦੇ ਅੱਗੇ ਜੋਦੜੀਆਂ ਕਰਦੇ ਹੋਏ ਅਧਿਆਤਮਿਕ ਕਠਿਨਾਈਆਂ ਵੀ ਆਉਂਦੀਆਂ। ਕਈ ਵਾਰ ਬੰਦੇ ਨੂੰ ਆਪਣੇ ਨਾਮ ਜਪਣ ਦਾ ਗੁਮਾਨ ਹੋ ਜਾਂਦਾ, ਜਦ ਸੇਵਾ ਕਰਨ ਦਾ ਦੋਸਤ ਵੀ ਜ਼ਿਆਦਾ ਹੋ ਜਾਂਦਾ, ਮੇਰੇ ਜਾਂ ਕੋਈ ਸੇਵਾ ਕਰਨ ਵਾਲਾ, ਮੇਰੇ ਜਾਂ ਕੋਈ ਦਾਨੀ, ਪਤਾ ਨਹੀਂ ਕਿਸ ਕਿਸ ਚੀਜ਼ ਦਾ ਮਾਣ ਕਰਦੇ ਹਾਂ ਆਪਾਂ। ਅਤੇ ਸਾਨੂੰ ਗੁਰਬਾਣੀ 'ਤੇ ਮਾਣ ਉਸ ਮਾਲਕ 'ਤੇ ਕਰਨ ਦੀ ਗੱਲ ਕਰਦੀ ਹੈ ਜਿਸ ਨੇ ਸਭ ਕੁਝ ਬਖਸ਼ਿਆ ਹੈ, ਇਹ ਸਭ ਕੁਝ ਕਰਨ ਦੀ ਸਮਰੱਥਾ ਬਖਸ਼ੀ ਹੈ। ਤਾਂ ਸਾਧ ਸੰਗਤ ਜੀ, ਉਸ ਮਾਲਕ ਨੂੰ ਯਾਦ ਰੱਖਣਾ ਹੈ, ਉਸਦਾ ਸ਼ੁਕਰਾਨਾ ਕਰਨਾ ਹੈ। ਜੇ ਉਸ ਮਾਲਕ ਨੇ ਕੋਈ ਸੇਵਾ ਲਈ, ਉਸਦਾ ਗੁਮਾਨ ਨਹੀਂ ਕਰਨਾ। ਗੁਰਬਾਣੀ ਆਸ਼ੇ ਅਨੁਸਾਰ ਸਾਧ ਸੰਗਤ ਜੀ, ਭਗਤ ਤ੍ਰਿਲੋਚਨ ਜੀ ਦਾ ਪਾਵਨ ਸ਼ਬਦ ਆਪਾਂ ਪੜ੍ਹ ਰਹੇ ਸੀ, ਨਾਰਾਇਣ ਨਿੰਦ ਸਕਾਇ ਉਸਦੀ ਕਬਾਰੀ, ਗੁਰਕ੍ਰਿਤ ਸੁਕ੍ਰਿਤ ਆਰੋਪ ਕਰਨ ਲਈ। ਉਸ ਮਾਲਕ ਨੂੰ ਕਿਉਂ ਭੁੱਲੀ ਹੈ, ਇਉਂ ਸਮਝ ਲਓ ਜੀਵ ਇਸਤਰੀ ਨੂੰ ਸੰਬੋਧਿਤ ਕਰਦੇ ਹੋਏ ਕਹਿ ਰਹੇ ਨੇ, ਅਤੇ ਸਾਧ ਨੇ ਇਤਿਹਾਸ ਵਿੱਚ ਇੱਥੇ ਦਿਖਾਉਂਦਾ ਹੈ ਕਿ ਉਹ ਆਪਣੀ ਪਤਨੀ ਨੂੰ ਕਹਿ ਰਹੇ ਨੇ। ਹਰੇਕ ਜੀਵ ਇਸਤਰੀ ਹੈ, ਚਾਹੇ ਉਹ ਪੁਰਸ਼ ਰੂਪ ਵਿੱਚ ਹੈ, ਚਾਹੇ ਉਹ ਇਸਤਰੀ ਰੂਪ ਵਿੱਚ ਹੈ, ਹਰੇਕ ਜੀਵਾਤਮਾ ਜੀਵ ਇਸਤਰੀ ਦੇ ਰੂਪ ਵਿੱਚ ਹੈ। ਪ੍ਰੀਤਮ ਪ੍ਰਭੂ ਪਿਆਰਾ ਇੱਕ ਪਰਮਾਤਮਾ ਨੂੰ, ਜਿਸ ਨੂੰ ਪੁਰਖ ਰੂਪ ਵਿੱਚ, ਪੁਰਸ਼ ਰੂਪ ਵਿੱਚ ਕਿਹਾ। ਹੁਣ ਸਾਧ ਸੰਗਤ ਜੀ, ਇੱਕ ਵਾਰ ਕੀ ਹੁੰਦਾ ਹੈ, ਭਗਤ ਨਾਮਦੇਵ ਜੀ ਅਤੇ ਭਗਤ ਲੋਚਨ ਜੀ ਪੱਕੇ ਮਿੱਤਰ ਨੇ, ਬੜੀ ਦੋਸਤੀ ਹੈ ਗਹਿਰੀ ਇਹਨਾਂ ਦੇ ਅੰਦਰ। ਦੋਨੋਂ ਹੀ ਭਗਤ ਨੇ, ਦੋਨੋਂ ਹੀ ਭਗਤੀ ਕਰਦੇ ਨੇ, ਦੋਨੋਂ ਆਪਣਾ ਕਾਰੋਬਾਰ ਵੀ ਕਰਦੇ ਨੇ, ਰੰਗਾਈ ਛਪਾਈ ਦਾ ਕੰਮ ਕਰਦੇ ਨੇ ਭਗਤ ਨਾਮਦੇਵ ਜੀ। ਲਿਵ ਜੁੜੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਉਹਨਾਂ ਨੇ। ਅਤੇ ਸਾਧ ਸੰਗਤ ਜੀ, ਉਹ ਭਗਤ ਤ੍ਰਿਲੋਚਨ ਜੀ ਅਕਸਰ ਆ ਕੇ ਨਾ ਭਗਤ ਨਾਮਦੇਵ ਜੀ ਨੂੰ ਥੋੜ੍ਹੇ ਟਿਚਕਰਾ ਕਰਦੇ ਨੇ ਕਿ ਹਰ ਵੇਲੇ ਕੰਮ ਵਿੱਚ ਲੱਗਿਆ ਰਹਿੰਦਾ, ਕਦੇ ਨਾਮ ਵੀ ਜਪ ਲਿਆ ਕਰ। ਉਹ ਕਹਿੰਦੇ ਮੈਂ ਤਾਂ ਨਾਮ ਜਪਦਾ ਰਹਿੰਦਾ। ਜਦੋਂ ਸਾਧ ਸੰਗਤ ਜੀ ਉਹ ਰੱਬ ਜੀ ਅੰਦਰ ਵਸ ਜਾਂਦੇ ਨੇ ਨਾ, ਕਹਿੰਦੇ ਨੇ ਚਿੱਤ ਜਿਹੜਾ ਹੈ ਉਹ ਨਿਰੰਕਾਰ ਵੱਲ ਅਤੇ ਹੱਥ ਕਾਰ ਵੱਲ, ਕਾਰੀਆਂ ਨੇ ਕੰਮ ਕਾਰ ਜੋ ਵੀ ਜਿਸਦਾ ਹੈ, ਕਹਿੰਦੇ ਨੇ ਉਹ ਚਿੱਤ ਤਾਂ ਮੇਰਾ ਜਿਹੜਾ ਹੈ ਨਿਰੰਕਾਰ ਨਾਲ ਜੁੜਿਆ ਰਹਿੰਦਾ, ਅਤੇ ਜਿਹੜਾ ਹੱਥ ਨਾਲ ਮੈਂ ਕਰ ਰਿਹਾ ਕੰਮ ਜੋ ਮੈਨੂੰ ਵਾਹਿਗੁਰੂ ਨੇ ਬਖਸ਼ਿਆ। ਹੁਣ ਉਹ ਕਹਿੰਦੇ ਨਹੀਂ, ਤੂੰ ਹਰ ਵੇਲੇ ਕੰਮ ਵਿੱਚ ਉਲਝਿਆ ਰਹਿੰਦਾ ਹੈ, ਤੂੰ ਰੱਬ ਦਾ ਨਾਮ ਕਿਸ ਵੇਲੇ ਲੈਂਦਾ ਹੈ? ਉਹਨੇ ਵਾਰ ਵਾਰ ਕਿਹਾ, ਕਹਿੰਦੇ ਲੈ ਰੱਬ ਜੀ ਤਾਂ ਮੈਨੂੰ ਸੁਖਿਆ ਦਰਸ਼ਨ ਦਿੰਦੇ ਨੇ, ਲੜਨ ਗੱਲਾਂ ਕਰਦੇ ਨੇ, ਉਹ ਸਮਝਦੇ ਮਜ਼ਾਕ ਕਰ ਰਹੇ। ਭਗਤ ਲੋਚਨ ਜੀ ਸਮਝਦੇ ਮਜ਼ਾਕ ਕਰ ਰਹੇ, ਮੈਨੂੰ ਮੈਂ ਤਾਂ ਇਤਨੀ ਭਗਤੀ ਕਰਦਾ, ਮੈਨੂੰ ਤਾਂ ਅੱਜ ਤੱਕ ਦਰਸ਼ਨ ਨਹੀਂ ਦਿੱਤੇ, ਮੇਰੇ ਨਾਲ ਤਾਂ ਕੋਈ ਗੱਲਬਾਤ ਨਹੀਂ ਕੀਤੀ। ਹੁਣ ਸਾਧ ਸੰਗਤ ਜੀ,
ਜਦੋਂ ਪਤਾ ਲੱਗਿਆ ਯਕੀਨਨ ਭਗਤ ਨਾਮਦੇਵ ਜੀ ਨੂੰ ਦਰਸ਼ਨ ਹੁੰਦੇ ਨੇ, ਉਹਨਾਂ ਦੇ ਚਿਹਰੇ 'ਤੇ ਵੱਖਰਾ ਹੀ ਨੂਰ ਹੈ। ਅਤੇ ਇੱਕ ਦਿਨ ਨਾ ਮਾਯੂਸ 'ਤੇ ਹੋ ਕੇ ਉਹ ਭਗਤ ਤ੍ਰਿਲੋਚਨ ਜੀ ਜਿਹੜੇ ਨੇ ਉਹ ਭਗਤ ਨਾਮਦੇਵ ਜੀ ਨੂੰ ਆਖਦੇ ਨੇ, ਭਗਤ ਨਾਮਦੇਵ ਜੇ ਤੁਹਾਨੂੰ ਮਿੱਤਰ ਜੀ ਉਸ ਮਾਲਕ ਦੇ ਦਰਸ਼ਨ ਹੁੰਦੇ ਨੇ ਤਾਂ ਮੈਨੂੰ ਵੀ ਦਰਸ਼ਨ ਕਰਾ ਦਿਓ। ਹੁਣ ਸਤਸੰਗ ਜੀ ਉਹ ਕਹਿੰਦੇ, ਲੈ ਕਿਹੜੀ ਗੱਲ ਹੈ, ਮੈਂ ਕਹਿ ਦਿਆਂਗਾ ਪਰਮਾਤਮਾ ਨੂੰ, ਤੈਨੂੰ ਵੀ ਦਰਸ਼ਨ ਦੇ ਦੇਣਗੇ, ਇਹ ਕਿਹੜੀ ਔਖੀ ਗੱਲ ਹੈ। ਹੁਣ ਸਤਸੰਗ ਜੀ ਉਹ ਭਗਤ ਨਾਮਦੇਵ ਜੀ ਕਹਿੰਦੇ ਨੇ, ਚਿੱਤ ਜੁੜਿਆ ਨਿਰੰਕਾਰ ਦੇ ਨਾਲ ਭਗਵਾਨ ਜੀ ਨੇ ਸਾਕਸ਼ਾਤ ਦਰਸ਼ਨ ਦਿੱਤੇ। ਅਤੇ ਜਦੋਂ ਕਿਹਾ ਨਾ ਕਿ ਮੇਰੇ ਮਿੱਤਰ ਨੂੰ ਵੀ ਦਰਸ਼ਨ ਦਿਓ ਭਗਵਾਨ ਜੀ, ਤੁਸੀਂ ਭਗਤ ਤ੍ਰਿਲੋਚਨ ਜੀ ਨੂੰ ਵੀ ਤੁਸੀਂ ਦਰਸ਼ਨ ਦਿਓ, ਉਹ ਵੀ ਤਾਂ ਬੜਾ ਭਗਤੀ ਕਰਦਾ। ਭਗਵਾਨ ਜੀ ਆਖਦੇ ਨੇ, ਮੈਂ ਉਹਨੂੰ ਵੀ ਦਰਸ਼ਨ ਦੇਣੇ। ਕਹਿੰਦੇ, ਕਿਉਂ, ਮੈਨੂੰ ਵੀ ਤਾਂ ਦਿੰਦੇ ਹੋ, ਉਹਨੂੰ ਵੀ ਦੇ ਦਿਓ, ਕੀ ਫਰਕ ਪੈਂਦਾ ਤੁਹਾਨੂੰ, ਉਹ ਵੀ ਭਗਤੀ ਕਰਦਾ, ਤੁਹਾਡਾ ਨਾਮ ਜਪਦਾ। ਕਹਿੰਦੇ, ਨਾਮਿਆਂ ਤੇਰਾ ਨਾਮ ਜਪਣ ਵਿੱਚ ਅਤੇ ਉਹਦੇ ਨਾਮ ਜਪਣ ਵਿੱਚ ਬੜਾ ਫਰਕ ਹੈ, ਤੇਰੇ ਨਾਮ ਜਪਣ ਵਿੱਚ ਅਤੇ ਉਹਦੇ ਨਾਮ ਜਪਣ ਵਿੱਚ ਬੜਾ ਫਰਕ ਹੈ। ਕਹਿੰਦੇ, ਭਗਵਾਨ ਜੀ, ਮੈਂ ਨਹੀਂ ਜਾਣਦਾ, ਮੇਰੀ ਗੱਲ ਨੂੰ ਤੁਸੀਂ ਰੱਖਣਾ ਹੈ, ਅਤੇ ਭਗਤਾਂ ਦੀ ਲਾਜ ਜਿਹੜੀ ਹੈ ਉਹ ਪਰਮਾਤਮਾ ਰੱਖਦਾ ਹੈ, ਇਹ ਤਾਂ ਯੁਗ ਯੁਗ ਤੋਂ ਹੀ ਹੈ ਅਤੇ ਉਸ ਦਾ ਮੁੜ ਕਰੀ ਕਦੀਮਾਂ ਦਾ ਸੁਭਾਅ ਹੈ। ਹੁਣ ਸਤਸੰਗ ਜੀ, ਭਗਤ ਨਾਮਦੇਵ ਜੀ ਨੂੰ ਪਰਮਾਤਮਾ ਜੀ ਆਖਦੇ ਨੇ, ਵਾਹਿਗੁਰੂ ਜੀ ਆਖਦੇ ਨੇ, ਕਹਿੰਦੇ ਜੇ ਉਹਨੂੰ ਕਹਿ ਦੇਈ, ਮੈਂ ਦਰਸ਼ਨ ਦੇਵਾਂਗਾ ਜ਼ਰੂਰ ਤੈਨੂੰ, ਕਿ ਤੂੰ ਮੈਨੂੰ ਸਮਝਾਣ ਲਵੇਂਗਾ, ਪਹਿਚਾਣ ਲਵੇਂਗਾ। ਉਹ ਪਹਿਚਾਣਨਾ ਉਹਦਾ ਕੰਮ ਹੈ, ਮੈਂ ਉਹਨੂੰ ਦੇਵਾਂਗਾ ਦਰਸ਼ਨ, ਕਿਸੇ ਵੀ ਰੂਪ ਵਿੱਚ ਦੇਵਾਂਗਾ, ਅਤੇ ਉਹਨੂੰ ਆਪੇ ਕਹੀਂ ਪਛਾਣ ਆਪੇ ਕਰ ਲਈ। ਉਹਨੇ ਕਹਿ ਦਿੱਤਾ, ਜੀ ਤੈਨੂੰ ਭਗਵਾਨ ਜੀ ਦਰਸ਼ਨ ਦੇਣਗੇ, ਉਹ ਕਹਿ ਰਹੇ ਸਨ, ਅਤੇ ਤੂੰ ਪਹਿਚਾਣ ਆਪੇ ਕਰ ਲੂ, ਕਹਿੰਦੇ ਪਹਿਚਾਣ ਕਰਨਾ ਕਿਹੜਾ ਉਹ ਕਹਿੰਦਾ ਕਰ ਲਵਾਂਗਾ। ਹੁਣ ਸਤਸੰਗ ਜੀ, ਇੱਕ ਵਾਕ ਦੇ ਨਾਲ ਕੀ ਹੁੰਦਾ ਹੈ, ਉਹ ਜਿਹੜੀ ਭਗਤ ਤ੍ਰਿਲੋਚਨ ਜੀ ਦੀ ਘਰ ਵਾਲੀ ਹੈ ਨਾ, ਉਹ ਭਗਤ ਤ੍ਰਿਲੋਚਨ ਜੀ ਨੂੰ ਅਕਸਰ ਆਖਦੀ ਹੈ ਕਿ ਆਪਣੇ ਘਰ ਕੰਮ ਬਹੁਤ ਜ਼ਿਆਦਾ ਹੁੰਦਾ ਹੈ, ਅਤੇ ਮੈਥੋਂ ਹੁਣ ਕੰਮ ਜ਼ਿਆਦਾ ਹੁੰਦਾ ਨਹੀਂ, ਇੱਕ ਛੋਟਾ ਜਿਹਾ ਬਾਲਕ ਰੂਪ ਵਿੱਚ ਨਾ ਕੋਈ ਮੈਂ ਨੌਕਰ ਰੱਖ ਲਏ। ਉਹ ਕਹਿੰਦੇ, ਨਹੀਂ ਲੈ ਜੀ, ਰੱਖ ਦਾਂਗੇ ਕੋਈ ਜਦ ਦਾ ਮਿਲ ਗਿਆ ਤਾਂ। ਇਹ ਗੱਲ ਉਹ ਕਈ ਦਿਨ ਤੋਂ ਕਹਿ ਰਹੇ ਸਨ, ਅਤੇ ਇੱਧਰੋਂ ਉਸ ਦਿਨ ਫਿਰ ਜ਼ਿਆਦਾ ਤਵੱਜੋ ਦੇ ਕੇ ਆਖਿਆ, ਵੀ ਮੈਂ ਤੁਹਾਨੂੰ ਕਦੋਂ ਦੀ ਕਹਿ ਰਹੀ ਹਾਂ ਵੀ ਮੈਨੂੰ ਹੁਣ ਕੰਮ ਨਹੀਂ ਹੁੰਦਾ, ਤੁਸੀਂ ਮੈਨੂੰ ਨੌਕਰ ਰੱਖ ਲਓ। ਉਹ ਕਹਿੰਦੇ ਨੇ, ਉਸੇ ਵੇਲੇ ਬਾਹਰੋਂ ਆਵਾਜ਼ ਆਈ, ਕੋਈ ਨੌਕਰ ਰੱਖ ਲਓ। ਧਿਆਨ ਦੇਣਾ ਸਾਸਨ ਦੀ, ਬੜੀ ਪਿਆਰੀ ਵਾਰਤਾ ਹੈ। ਕਹਿੰਦੇ, ਕੋਈ ਨੌਕਰ ਰੱਖ ਲਓ, ਨੌਕਰ, ਮੈਂ ਨੌਕਰ ਲੈਣਾ ਚਾਹੁੰਦਾ ਹਾਂ। ਹੁਣ ਸਾਸਨ ਨੇ ਜੀ ਉਹ ਆਵਾਜ਼ ਸੁਣੀ, ਭਗਤ ਤ੍ਰਿਲੋਚਨ ਲੈ, ਤੇਰੇ ਤਾਂ ਮੁਰਾਦ ਪੂਰੀ ਹੋ ਗਈ। ਉਹਨੂੰ ਬੁਲਾ ਲਿਆ, ਬਾਹਰ ਬੱਚਾ ਤੂੰ ਨੌਕਰ ਲੱਗੇਗਾ? ਹਾਂ ਲੱਗਾ। ਲਏਗਾ ਕੀ? ਕਹਿੰਦੇ, ਲੈਣਾ ਮੈਂ ਕੁਛ ਨਹੀਂ, ਮਜ਼ਦੂਰੀ ਮੇਰੀ ਕੁਛ ਨਹੀਂ ਹੈ, ਮੈਂ ਸਿਰਫ ਰੋਟੀ ਖਾਵਾਂਗਾ, ਅਤੇ ਇੱਥੇ ਰਹਿਣ ਵਾਸਤੇ ਜਗ੍ਹਾ ਚਾਹੀਦੀ ਹੈ। ਉਹ ਭਗਤ ਜਿਹੜੇ ਤ੍ਰਿਲੋਚਨ ਜੀ ਨੇ, ਉਹ ਕਹਿੰਦੇ, ਇਹ ਤਾਂ ਹੋਰ ਹੀ ਵਧੀਆ ਕੰਮ ਹੈ, ਉਹ ਕਿੰਨੇ ਨਿੱਕਾ ਜਿਹਾ ਬੱਚਾ ਕਿੰਨੀ ਕੁ ਰੋਟੀ ਖਾ ਲੈਣੀ ਹੈ ਇਹਨੇ, ਅਤੇ ਕਿਸੇ ਕੋਨੇ 'ਚ ਬੈਠਾ ਰਹੇਗਾ। ਹੁਣ ਸਤਸੰਗ ਜੀ ਉਹ ਫਿਰ ਉਸਦੇ ਜਿਹੜੇ ਘਰ ਵਾਲੇ ਆ, ਉਹ ਵੀ ਪੁੱਛਦੀ ਹੈ ਵੀ ਤੂੰ ਚੰਗੀ ਤਰ੍ਹਾਂ ਦੱਸ ਦੇ, ਇਹ ਨਾ ਹੋਵੇ ਕੱਲ੍ਹ ਨੂੰ ਕਹੀ ਕਿ ਵੀ ਮੈਂ ਇਹ ਚਾਹੀਦਾ ਉਹ ਚਾਹੀਦਾ। ਕਹਿੰਦੇ, ਨਹੀਂ, ਮੇਰੀ ਸ਼ਰਤ ਹੈ, ਉਹ ਸ਼ਰਤ ਜੇ ਤੁਹਾਨੂੰ ਮਨਜ਼ੂਰ ਹੈ ਤਾਂ ਮੈਂ ਤੁਹਾਡੇ ਇੱਥੇ ਨੌਕਰ ਰਹਿ ਜਾਵਾਂਗਾ, ਨਹੀਂ ਤਾਂ ਨਹੀਂ ਰਹਾਂਗਾ। ਉਹ ਕਹਿੰਦੇ, ਸ਼ਰਤ ਦੱਸਦੇ? ਕਹਿੰਦੇ, ਸ਼ਰਤ ਮੇਰੀ ਇਹ ਹੈ ਵੀ ਤੁਸੀਂ, ਜਦੋਂ ਮੈਂ ਰੋਟੀ ਖਾਵਾਂ, ਤੁਸੀਂ ਮੈਨੂੰ ਜਿੰਨੀ ਰੋਟੀ ਦਿਓਗੇ ਮੈਂ ਉਤਨੀ ਰੋਟੀ ਖਾ ਲੈਣੀ ਹੈ, ਮੰਗਣੀ ਹੋਰ ਨਹੀਂ ਅਤੇ ਬਸ ਵੀ ਮੈਂ ਨਹੀਂ ਕਰਨੀ, ਮੰਗਣੀ ਮੈਂ ਹੋਰ ਨਹੀਂ ਅਤੇ ਬਸ ਵੀ ਮੈਂ ਨਹੀਂ ਕਰਨੀ,
ਜਿੰਨੀ ਤੁਸੀਂ ਦਿਓਗੇ ਖਵਾਓਗੇ ਮੈਂ ਖਾ ਲਵਾਂਗਾ, ਤੇ ਜਦੋਂ ਬਸ ਕਰੋਗੇ ਮੈਂ ਬਸ ਕਰ ਦੇਵਾਂਗਾ। ਤੇ ਦੂਜੀ ਗੱਲ, ਦੂਜੀ ਸ਼ਰਤ ਮੇਰੀ ਕੀ ਹੈ? ਦੂਜੀ ਸ਼ਰਤ ਮੇਰੀ ਇਹ ਹੈ ਕਿ ਕਿਸੇ ਨੂੰ ਮੇਰੇ ਬਾਰੇ ਇਹ ਗੱਲ ਦਾ ਇਲਮ ਨਹੀਂ ਹੋਣਾ ਚਾਹੀਦਾ। ਮਤਲਬ ਕਿਸੇ ਨੂੰ ਇਹ ਗੱਲ ਕਰਨੀ ਵੀ ਮੇਰੀ ਕੋਈ ਨਿੰਦਾ ਚੁਗਲੀ ਨਾ ਕਰਨ ਲੱਗ ਜਾਣਾ ਬਾਹਰ ਜਾ ਕੇ। ਉਹ ਕਹਿੰਦੇ ਲੈ ਜੀ ਇਹ ਕੁੜੀ, ਇਹ ਤਾਂ ਕੋਈ ਗੱਲ ਨਹੀਂ, ਇਹ ਤਾਂ ਸ਼ਰਤ ਹੀ ਕੋਈ ਨਹੀਂ, ਕੁਛ ਵੀ ਮੈਨੂੰ ਸਾਨੂੰ ਕੀ ਫਰਕ ਪੈਂਦਾ, ਅਸੀਂ ਕਿਹਨੂੰ ਕੀ ਕਹਿਣਾ। ਹੁਣ ਭਗਵਾਨ ਜੀ ਨੌਕਰ ਬਣ ਕੇ ਉਹਦੇ ਘਰ ਆਏ ਨੇ। ਹੁਣ ਸਤਸੰਗ ਜੀ ਉਹ ਬੱਚਾ ਭਗਵਾਨ ਰੂਪ ਦੇ ਵਿੱਚ ਆ ਗਏ ਨੇ ਤੇ ਇਤਨਾ ਸੁਚੱਜਾ ਕੰਮ ਕਰਦੇ ਨੇ, ਸਾਰਾ ਦਿਨ ਹੱਸੂ ਹੱਸੂ ਕੰਮ ਕਰਦੇ ਰਹਿੰਦੇ, ਤੇ ਭਗਤ ਲੋਚਨ ਜੀ ਤੇ ਉਹਦੇ ਘਰ ਵਾਲੇ ਬੜੇ ਖੁਸ਼। ਹੁਣ ਸਤਸੰਗ ਜੀ ਉਹ ਕੁਛ ਦਿਨ ਬੀਤੇ ਤੇ ਇਹ ਜਿਹੜਾ ਭਗਵਾਨ ਜੀ ਨੇ ਨਾ, ਹੁਣ ਭਗਵਾਨ ਜੀ ਜਿਹੜੇ ਨੇ ਉਹ ਨੌਕਰ ਰੂਪ ਦੇ ਵਿੱਚ, ਤੇ ਕਹਿੰਦੇ ਨੇ ਉਹਨਾਂ ਨੇ ਜੇ ਉਸ ਭਗਤ ਭਗਤ ਜੀ ਦੀ ਜਿਹੜੀ ਘਰਵਾਲੀ ਹੈ ਉਹ ਦੋ ਪ੍ਰਸ਼ਾਦੇ ਰੱਖੇ ਤਾਂ ਦੋ ਪ੍ਰਸ਼ਾਦੇ ਛੱਕ ਕੇ ਉੱਠ ਜਾਣ, ਉਹ ਚਾਰ ਰੱਖੇ ਤੇ ਚਾਰ ਛੱਕ ਕੇ ਉੱਠ ਜਾਣ। ਕਰਦੇ ਕਰਦੇ ਬੜੇ ਦਿਨ ਹੋ ਗਏ, ਕਹਿੰਦੀ ਇੱਕ ਦਿਨ ਅਜਮਾ ਕੇ ਵੇਖਾਂ ਤਾਂ ਸਹੀ ਵੀ ਕਿੰਨੇ ਕੁ ਖਾ ਲਵੇਗਾ। ਕਹਿੰਦੇ ਨਾ ਵੀ ਮੈਨੂੰ ਪੁੱਛਣਾ ਨਾ, ਮੈਂ ਬਸ ਨਹੀਂ ਕਰਨੀ। ਤੇ ਕਹਿੰਦੇ ਅੱਜ ਤਾਂ ਮੈਂ ਜਿੰਨਾ ਉਹਨੇ ਆਟਾ ਗੁੰਨਿਆ ਨਾ ਉਹ ਸਾਰੇ ਦੀ ਰੋਟੀ ਜਿਹੜੀ ਹੈ ਉਹ ਬਣਾ ਰਹੀ ਹੈ, ਤੇ ਕਹਿੰਦੇ ਉਹ ਪ੍ਰਸ਼ਾਦੇ ਰੱਖੀ ਜਾ ਰਹੀ ਹੈ, ਸਾਰਾ ਆਟਾ ਜਿੰਨਾ ਸਾਰੇ ਪਰਿਵਾਰ ਵਾਸਤੇ ਗੁੰਨਿਆ ਸੀ ਉਹ ਭਗਤ ਜੀ ਨੇ ਸਾਰਾ ਚੱਕ, ਉਹਨਾਂ ਨੇ ਸਾਰਾ ਚੱਕ ਲਿਆ, ਨੌਕਰ ਸਾਰਾ ਚੱਕ ਲਿਆ। ਚੱਕਦੇ ਚੱਕਦੇ ਹੁਣ ਉਹ ਸੋਚਦੀ ਅੱਜ ਤੇ ਮੈਨੂੰ ਰਜਾ ਕੇ ਰਹਿਣਾ, ਹੋਰ ਆਟਾ ਗੁੰਨ ਲੈਂਦੀ, ਹੋਰ ਆਟਾ ਗੁੰਨ ਲਿਆ, ਉਹ ਵੀ ਚੱਕ ਲਿਆ। ਤੀਜੀ ਵਾਰੀ ਸੋਚਦੀ ਵੀ ਹੱਦ ਹੀ ਹੈ, ਇਹ ਨਿੱਕਾ ਜਿਹਾ ਬਾਲਕ ਇੰਨਾ ਕਿਵੇਂ ਖਾ ਸਕਦਾ ਹੈ। ਹੁਣ ਉਹਦੀ ਬੱਸ ਹੋ ਗਈ, ਮਤਲਬ ਜਿੰਨਾ ਉਹਦੇ ਕੋਲ ਆਟਾ ਗੁੰਨਿਆ ਗਿਆ ਉਸਨੇ ਗੁੰਨਿਆ, ਤੇ ਉਹਨਾਂ ਨੇ ਸਾਰਾ ਚੱਕ ਲਿਆ ਤੇ ਭਗਵਾਨ ਜੀ ਨੇ। ਹੁਣ ਸਤਸੰਗ ਜੀ ਹੁੰਦਾ ਕੀ ਹੈ, ਹੁਣ ਇਹਦੇ ਕੋਲ ਨਾ ਜ਼ਰਿਆ ਨਹੀਂ ਚੰਗਾ, ਕਹਿੰਦੇ ਨਾ ਢਿੱਡ ਵਿੱਚ ਗੱਲ ਭੱਜਦੀ ਨਹੀਂ। ਤੇ ਕਹਿੰਦੇ ਉਸ ਦਿਨ ਨਾ ਉਹ ਪੜੋਸ ਵਿੱਚ ਚਲੀ ਗਈ, ਭਗਤ ਲੋਚਨ ਜੀ ਦੀ ਘਰਵਾਲੀ ਪੜੋਸ ਵਿੱਚ ਗਈ, ਤੇ ਅਜੇ ਸੋਚਦੀ ਵੀ ਸ਼ਰਤ ਰੱਖੀ ਹੋਈ ਹੈ ਤੇ ਮੈਂ ਇਹ ਤੇ ਹੁਣ ਅਜਮਾ ਕੇ ਵੇਖ ਲਿਆ ਤੇ ਕੁਛ ਵੱਖਰਾ ਹੀ ਮਾਮਲਾ ਹੈ। ਪਰ ਉਹਨਾਂ ਉਹਦੇ ਚਿਹਰੇ ਤੋਂ ਵੇਖ ਕੇ ਨਾ ਗਮਗੀਨ ਜਿਹਾ ਚਿਹਰਾ, ਤੇ ਫਿਰ ਨਾ ਉਹ ਦੱਸਣਾ ਨਹੀਂ ਚਾਹ ਰਹੀ ਹੈ, ਪਰ ਉਹ ਜਿਹੜੀ ਜਿਨ੍ਹਾਂ ਦੇ ਘਰ ਜਾਂਦੀ ਹੈ ਉਹ ਕਹਿੰਦੇ ਵੀ ਭੈਣੇ ਤੇਰਾ ਥੋੜ੍ਹਾ ਚਿਹਰਾ ਉਤਰਿਆ ਹੋਇਆ, ਕੀ ਗੱਲ ਹੋ ਗਈ, ਸੁੱਖ ਤੇ ਹੈ ਨਾ। ਹੁਣ ਔਰਤਾਂ ਨੂੰ ਖਾਸ ਕਰਕੇ ਆਦਤ ਹੁੰਦੀ ਹੈ ਕਿ ਅੰਦਰੋਂ ਗੱਲਾਂ ਕਢਵਾਉਣ ਦੀ। ਹੁਣ ਉਸ ਬੀਬੀਆਂ ਨੇ ਪੁੱਛਿਆ ਵੀ ਬੀਬੀ ਕੁਛ ਤਾਂ ਕੋਈ ਤੇ ਗੱਲ ਹੈ, ਤੂੰ ਦੱਸ ਤੇ ਸਹੀ। ਕਹਿੰਦੀ ਕੋਈ ਗੱਲ ਨਹੀਂ, ਕਹਿੰਦੀ ਕੁਛ ਤੇ ਹੈ। ਹੁਣ ਉਹਦੇ ਕੋਲ ਰਿਆ ਨਹੀਂ ਗਿਆ, ਕਹਿੰਦੀ ਨੌਕਰ ਰੱਖਿਆ ਅਸੀਂ ਨਾ, ਕਹਿੰਦੇ ਉਹ ਤਾਂ ਸਾਨੂੰ ਵੀ ਪਤਾ। ਤੇ ਕਹਿੰਦੇ ਨੇ ਨੌਕਰ ਹੈ ਬੜਾ ਭਲਾ, ਕੰਮ ਬੜਾ ਕਰਦਾ ਹੈ, ਹੱਸੂ ਹੱਸੂ ਕਰਦਾ ਰਹਿੰਦਾ ਹੈ, ਥੱਕਦਾ ਨਹੀਂ ਅੱਕਦਾ ਨਹੀਂ, ਤੇ ਅੱਜ ਤੇ ਹੱਦ ਹੋ ਗਈ। ਕਹਿੰਦੇ ਉਹ ਕਹਿੰਦਾ ਸੀ ਕਿ ਵੀ ਉਹਨੇ ਸ਼ਰਤ ਲਾਈ ਹੋਈ ਸੀ, ਹੁਣ ਅਸਲ ਵਿੱਚ ਤੇ ਮੈਨੂੰ ਨਹੀਂ ਦੱਸਣਾ ਚਾਹੀਦਾ ਸੀ, ਪਰ ਤੂੰ ਵਾਰ ਵਾਰ ਪੁੱਛ ਰਹੀ ਮੈਂ ਦੱਸਦੀ ਬਈ। ਹੁਣ ਸਤਸੰਗ ਜੀ ਹੁੰਦਾ ਕੀ ਹੈ, ਉਹ ਸਾਰੀ ਵਾਰਤਾ ਜਿਹੜੀ ਹੈ ਨਾ ਉਸ ਦਿਨ ਵਾਲੀ ਕਿ ਵੀ ਕਿੱਦਾਂ ਕੀਤਾ ਹੈ, ਮਤਲਬ ਇੰਨਾ ਆਟਾ ਗੁੰਨਿਆ ਉਹ ਖਾ ਗਈ, ਉਹ ਕਹਿੰਦੇ ਇੰਨੇ ਥੋੜ੍ਹੀ ਹੋ ਸਕਦਾ ਹੈ, ਤੇ ਕਹਿੰਦੇ ਇੱਦਾਂ ਹੋਇਆ ਹੈ, ਇਹੋ ਤੇ ਮੈਂ ਦੱਸਦੀ ਨਹੀਂ ਹਾਂ। ਹੁਣ ਸਤਸੰਗ ਜੀ ਹੁੰਦਾ ਕੀ ਹੈ, ਇੱਧਰੋਂ ਉਹਨੇ ਗੱਲ ਕੀਤੀ ਭਗਵਾਨ ਜੀ ਦੀ, ਤੇ ਉਹਨੇ ਨਾਮ ਹੀ ਦੱਸਿਆ ਸੀ ਮੇਰਾ ਨਾਮ ਭਗਵਾਨ ਜੀ ਹੈ। ਹੁਣ ਸਤਸੰਗ ਜੀ ਨਾਮ ਤੇ ਕਿਸੇ ਦਾ ਵੀ ਰੱਖਿਆ ਹੁੰਦਾ, ਰਾਮ ਵੀ ਰੱਖਿਆ ਹੁੰਦਾ, ਕ੍ਰਿਸ਼ਨ ਵੀ ਰੱਖਿਆ ਹੁੰਦਾ, ਭਗਵਾਨ ਵੀ ਰੱਖਿਆ ਹੁੰਦਾ।
ਹੁਣ ਸਤਸੰਗ ਚ ਕੀ ਹੁੰਦਾ ਉਹ ਉਸੇ ਵੇਲੇ ਚਲੇ ਜਾਂਦੇ ਭਗਵਾਨ ਜੀ ਉਸੇ ਵੇਲੇ ਚਲੇ ਜਾਂਦੇ ਹੁਣ ਘਰ ਆਉਂਦੀ ਹੈ ਸਾਰੇ ਦਰਵਾਜ਼ੇ ਖੁੱਲੇ ਪਏ ਨੇ ਨੌਕਰ ਦਾ ਕਿਰਿਆ ਤਾਂ ਪਤਾ ਨਹੀਂ ਹੁਣ ਆਵਾਜ਼ਾਂ ਲਾਉਂਦੀ ਹੈ ਪਰ ਉਹ ਕਿਧਰੇ ਵੀ ਨਹੀਂ ਹੁਣ ਬੜਾ ਪਰੇਸ਼ਾਨ ਹੁੰਦੀ ਹੈ ਸੋਚਦੀ ਹੈ ਮੈਂ ਕੀ ਕਰ ਬੈਠੀ ਪਰ ਹੁਣ ਅਬ ਪਛਤਾਏ ਹੋ ਚੁੱਕੇ ਹੁਣ ਪਛਤਾਉਣ ਨਾਲ ਕੀ ਹੋਵੇ ਜਿਹੜੀ ਸ਼ਰਤ ਰੱਖੀ ਗਈ ਸੀ ਉਹ ਸ਼ਰਤ ਤੋੜ ਦਿੱਤੀ ਨਾ ਉਹ ਵਾਅਦਾ ਤੇ ਤੋੜ ਦਿੱਤਾ ਹੁਣ ਸਤਸੰਗ ਜੀ ਉਹ ਜਿਵੇਂ ਹੀ ਅੰਦਰ ਆਉਂਦੀ ਹੈ ਤੇ ਵੇਖਦੀ ਹੈ ਕਿ ਉਹ ਤੇ ਨਹੀਂ ਨੇ ਹਰ ਕੋਨਾ ਵਿੱਚ ਚਾਕਦੀ ਹੈ ਨਹੀਂ ਸਾਰੇ ਦਰਵਾਜ਼ੇ ਖੁੱਲ੍ਹੇ ਨੇ ਕੁਛ ਚੁੱਕਿਆ ਨਹੀਂ ਹੈ ਬੇਕਾਰ ਉਹਨਾਂ ਨੇ ਲੈਣੀ ਨਹੀਂ ਸੀ ਉੱਥੇ ਪਹਿਲੇ ਸ਼ਰਤ ਸੀ ਕੋਈ ਤਨਖਾਹ ਨਹੀਂ ਲੈਣੀ ਸੀ ਹੁਣ ਬੜੀ ਪਛਤਾਉਂਦੀ ਹੈ ਹੁਣ ਜਦੋਂ ਭਗਤ ਤ੍ਰਿਲੋਚਨ ਜੀ ਘਰ ਆਉਂਦੇ ਨੇ ਨਾ ਭਗਤ ਤ੍ਰਿਲੋਚਨ ਜੀ ਘਰ ਆਏ ਤੇ ਆਵਾਜ਼ ਲਾਉਂਦੇ ਨੇ ਹੁਣ ਉਹ ਹੋਵੇ ਤਾਂ ਕੋਈ ਬੋਲੇ ਹੁਣ ਜਦੋਂ ਨਹੀਂ ਬੋਲੇ ਤਾਂ ਕਹਿੰਦੇ ਤੂੰ ਸੱਚੀ ਸੱਚੀ ਦੱਸ ਤੂੰ ਕਿਸੇ ਨੂੰ ਜਾ ਕੇ ਨਿੰਦਾ ਕੀਤੀ ਉਹਨਾਂ ਨੌਕਰ ਦੀ ਨਿੰਦਾ ਕੀਤੀ ਭਗਤ ਪ੍ਰਕਾਸ਼ ਭਗਤ ਉਹ ਤ੍ਰਿਲੋਚਨ ਜੀ ਨੂੰ ਵੀ ਪਤਾ ਤਾਂ ਨਹੀਂ ਹੈ ਨਾ ਭਗਵਾਨ ਜੀ ਨੇ ਖੁਸ਼ ਦੋਨੋਂ ਸਨ ਬੜੇ ਪਰ ਉਸ ਵੇਲੇ ਕਹਿੰਦੇ ਨੇ ਬੜਾ ਪਛਤਾਪ ਲੱਗਦਾ ਹੈ ਤੇ ਜਦੋਂ ਭਗਵਾਨ ਨੂੰ ਉਹ ਕਹਿੰਦੇ ਜਾ ਕੇ ਦੱਸਿਆ ਨਾ ਨਾਮ ਦੇ ਜੀ ਵੀ ਮੈਂ ਵੀ ਗਿਆ ਸੀ ਉਹਦੇ ਘਰ ਨੌਕਰ ਬਣ ਕੇ ਪਰ ਉਹਨਾਂ ਦੇ ਘਰ ਵਾਲੇ ਨੇ ਜਿਹੜੀ ਮੇਰੀ ਸ਼ਰਤ ਸੀ ਉਹ ਤੋੜੀ ਹੈ ਤੇ ਮੈਂ ਆ ਗਿਆ ਹੁਣ ਮੈਂ ਉਹ ਦਰਸ਼ਨ ਨਹੀਂ ਦੇਣੇ ਉਸ ਵੇਲੇ ਕਹਿੰਦੇ ਭਗਤ ਲੋਚਨ ਜੀ ਨੇ ਇਹ ਸ਼ਬਦ ਜਿਹੜਾ ਆਪਾਂ ਕਹਿ ਰਹੇ ਸਾਂ ਨਾਰਾਇਣ ਨਿੰਦਸ ਕਾਏ ਪੂਰੀ ਗਵਾਰੀ ਦੁਖਿਤ ਸੁਖਿਤ ਖਾਰੇ ਕਰਮੀ ਤੇਰੇ ਤੇਰੇ ਕਰਮਾਂ ਕਰਕੇ ਭਗਵਾਨ ਜੀ ਆਏ ਵੀ ਸਹੀ ਇਸ ਤਰ੍ਹਾਂ ਸਾਡੀ ਸੇਵਾ ਵਿੱਚ ਆਏ ਤੇ ਅਸੀਂ ਪਹਿਚਾਣ ਨਹੀਂ ਸਕੇ ਤੇ ਤੂੰ ਤੇ ਇੱਡੀ ਵੱਡੀ ਮੂਰਖਤਾ ਕੀਤੀ ਤੇ ਉਹ ਭਗਵਾਨ ਜੀ ਆ ਕੇ ਚਲੇ ਗਏ ਅਸੀਂ ਭਗਵਾਨ ਰੂਪ ਵਿੱਚ ਤੇ ਉਹਨਾਂ ਦੇ ਦਿਦਾਰ ਨਹੀਂ ਨਾ ਕਰ ਪਾਏ ਇਸ ਤਰ੍ਹਾਂ ਸਤਸੰਗ ਜੀ ਭਗਤਾਂ ਦੀ ਜਾਨ ਨਿਰਾਲੀ ਹੈ ਤੇ ਉਸ ਮਾਲਕ ਦੇ ਰੰਗ ਨਿਰਾਲੇ ਨੇ ਉਹ ਕਿਸ ਰੂਪ ਵਿੱਚ ਆ ਜਾਵੇ ਇਸ ਲਈ ਤਾਂ ਕਹਿੰਦੇ ਨੇ ਉਸ ਤਾਂ ਜ਼ਰੇ ਜ਼ਰੇ ਚ ਵਿਦਮਾਨ ਹੈ ਇਸ ਦੀ ਵਿਦਮਾਨਤਾ ਨੂੰ ਪਹਿਚਾਣਨ ਵਾਲੀ ਰੱਬ ਤੇ ਤੂੰ ਵੱਖ ਨਹੀਂ ਵੇਖਣ ਵਾਲੀ ਆਸੀ ਵਾਹਿਗੁਰੂ ਸੰਸਾਰਿਆਂ ਤਰਸ ਕਰੇ ਮਿਹਰ ਕਰੇ ਕਿਰਪਾ ਕਰੇ ਸਾਡੇ ਤੇ ਉਸ ਮਾਲਕ ਦੀ ਜੋ ਸਰਵ ਵਿਆਪਕਤਾ ਹੈ ਉਸਦਾ ਬੋਧ ਹੋਵੇ ਤੇ ਅਸੀਂ ਵੀ ਉਸਨੂੰ ਆਪਣੇ ਨੇੜੇ ਜਾਣੀਏ ਤੇ ਇਹਨਾਂ ਜੋ ਗੁਰਬਾਣੀ ਸਾਨੂੰ ਨਿਯਮ ਤੇ ਅਸੂਲ ਦੱਸਦੀ ਹੈ ਉਸਦੇ ਅਕੋਰਡਿੰਗ ਚੱਲਣ ਦਾ ਯਤਨ ਕਰੀਏ ਜੇ ਸਦਕੇ ਇਹ ਲੋਕ ਸੁਖੀਏ ਪਰ ਲੋਕ ਸੁਮੇਤੇ ਨਾਨਕ ਰੂਪ ਆਪਣੇ ਮੇਰੇ ਵਿਵਸਥਾ ਬਣ ਸਕੇ ਭੁੱਲਾਂ ਚੁੱਕਾਂ ਦੇ ਕੇ ਮਾਂ ਬਖਸ਼ਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ